ਖੁਸ਼ਿਆਰਪੁਰ ਦੀ ਲੜਕੀ ਇੰਦਰਜੀਤ ਕੌਰ ਨੰਦਨ ਨੇ ਸਰੀਰਿਕ ਅਸਮਰਥਾ ਨੂੰ maat ਦਿਦਿਆ ਖੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰ ਦਿੱਤਾ ਹੈ ਜ਼ਿਲ੍ਹੇ ਦੀ ਇਸ ਹੁਣਹਾਰ ਟੀਮ ਨੇ ਜਿੱਥੇ ਆਤਮ ਨਿਰਭਰਤਾ ਵੱਲ ਆਪਣੇ ਕਦਮ ਵਧਾਏ ਹਨ ਉੱਥੇ ਸਮਾਜ ਸੇਵਾ ਦੇ ਤੌਰ ਤੇ ਦਿਵਿਆਂਜਨ ਦੀ ਰਾਦ ਸੇਰਾ ਬਣੀ ਹੋਈ ਹੈ ਇਸੇ ਯਤਨ ਸਦਕਾ ਇੰਦਰਜੀਤ ਕੌਰ ਨੰਦਨ ਦੀ ਦੇਸ਼ ਦੇ ਮੋਹਰੀ ਸਨਮਾਨ ਨੈਸ਼ਨਲ ਅਵਾਰਡ ਫਾਰ ਦੀ ਏਮਪਾਵਰਮੈਂਟ ਆਫ ਪਰਸਨ ਵਿਦ ਅ ਡਿਸੇਬਿਲਟੀ 2018 ਲਈ ਚੁਣ ਹੋਈ ਹੈ ਇੰਦਰਜੀਤ ਇਸ ਪੁਰਸਕਾਰ ਲਈ ਚੁਣ ਇਹ ਸਾਬਿਤ ਕਰਦੀ ਹੈ ਕਿ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਇਨਸਾਨ ਕੁਝ ਕਰਨ ਦਾ ਸੋਚ ਲਵੇ ਤਾਂ ਉਹ ਹਰ ਮੰਜ਼ਿਲ ਨੂੰ ਸਰ ਕਰ ਸਕਦਾ ਹੈ ਇਸ ਮੌਕੇ ਜਦੋਂ ਇੰਦਰਜੀਤ ਕੌਰ ਨੰਦਨ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਜੀ ਚੰਗਾ ਲੱਗ ਰਿਹਾ ਅਵਾਰਡ ਜਿਹੜਾ ਮਿਲ ਰਿਹਾ ਹੈਗਾ ਕਿਉਂਕਿ ਉਹਦੇ ਵਿੱਚ ਇਸ ਲਈ ਵੀ ਥੋੜੀ ਜ਼ਿਆਦਾ ਖੁਸ਼ੀ ਆ ਕਿ ਮੇਰਾ ਨਾਮ ਪਹਿਲੀ ਵਾਰ ਨੋਮੀਨੇਟ ਕੀਤਾ ਗਿਆ ਵਿਵੇਕ ਜੋਸ਼ੀ ਜੀ ਨੇ ਮੇਰਾ ਨਾਮ ਨੋਮੀਨੇਟ ਕੀਤਾ ਸੀਗਾ ਔਰ ਪਹਿਲੀ ਵਾਰ ਦੇ ਵਿੱਚ ਮੈਨੂੰ ਜਿਹੜਾ ਅਵਾਰਡ ਅਨਾਊਂਸ ਹੋ ਗਿਆ ਹੈਗਾ ਇਸ ਗੱਲੋਂ ਮੈਨੂੰ ਅੱਛਾ ਲੱਗ ਰਿਹਾ ਜੀ ਘਰ ਚ ਮੋਲ ਬਹੁਤ ਵਧੀਆ ਆ ਬਹੁਤ ਲੋਕ ਬਧਾਈਆਂ ਦੇਣ ਆ ਰਹੇ ਆ ਬਹੁਤ ਜ਼ਿਆਦਾ ਫੋਨ ਆ ਰਹੇ ਆ ਅੱਧੇ ਫੋਨ ਮੈਂ ਅਟੈਂਡ ਕਰ ਪਾ ਰਹੀ ਆ ਅੱਧੇ ਗਏ ਕਦੀ ਨਿ ਕਰਦੇ ਆਗੇ ਦੀ ਡੈਡੀ ਕਰਦੇ ਆ ਮਤਲਬ ਘਰ ਚ ਅੱਛਾ ਮਾਹੌਲਾ ਬ੍ਰਦਰ ਵੀ ਆਇਆ ਸੀ ਉਹਨੇ ਵੀ ਬੜਾ ਅੱਛਾ ਫੀਲ ਹੋਇਆ ਤੇ ਸਾਰੇ ਬੜੇ ਖੁਸ਼ ਆ ਜੀ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਤੁਹਾਨੂੰ ਮਿਲਣੇ ਜੀ ਮੈਨੂੰ ਇਸ ਤੋਂ ਪਹਿਲਾਂ ਕਾਫੀ ਅਵਾਰਡ ਮਿਲੇ ਹੈਗੇ ਆ ਬੀਗੇ ਰਾਈਟਰ ਮੈਨੂੰ 2008 ਦੇ ਵਿੱਚ ਸੰਸਕ੍ਰਿਤੀ ਪੁਰਸਕਾਰ ਮਿਲਿਆ ਸੀ ਉਹ ਬੜਾ ਪ੍ਰੈਸਟੀਜੀਅਸ ਅਵਾਰਡ ਹੁੰਦਾ ਹੈ ਜੀ ਇੰਡੀਆ ਚ ਇੱਕ ਰਾਈਟਰ ਨੂੰ ਮਿਲਦਾ ਹੈ ਔਰ ਉਹ ਮੈਂ ਖੁਸ਼ਕਿਸਮਤ ਪੰਜਾਬੀ ਲੈਂਗੁਏਜ ਨੂੰ ਵੀ ਐਕਚੁਅਲੀ ਇੱਕ ਵਾਰ ਹੀ ਮਿਲਿਆ ਮੇਰੇ ਕੰਮ ਤੇ ਹੀ ਜਿਹੜਾ ਅਨਾਉਂਸ ਹੋਇਆ ਸੀ ਇਹ ਔਰ ਉਹ ਮੈਨੂੰ ਖੁਸ਼ੀ ਦੀ ਗੱਲ ਆ ਔਰ ਇਸ ਤੋਂ ਇਲਾਵਾ ਮੈਨੂੰ ਭਾਸਕਰ ਮੂਮੈਂਟ ਆਫ ਦਾ ਈਅਰ ਅਵਾਰਡ ਮਦਰ ਟ੍ਰੇਸਾ ਅਵਾਰਡ ਫਿਰ ਸਵਾਮੀ ਵਿਵੇਕਾਨੰਦ ਸਟੇਟ ਅਵਾਰਡ ਆਫ ਐਕਸਲੈਂਸ ਫਿਰ ਉਸ ਤੋਂ ਬਾਅਦ ਮੈਨੂੰ ਸਾਇੰਟਿਫਿਕ ਅਕੈਡਮੀ ਵਾਰਡ ਫਿਰ ਮੈਨੂੰ ਜਿਹੜਾ ਹੈਗਾ ਆ ਅਵਾਰਡ ਆਫ ਆਨਰ ਕਈ ਮਿਲੇ ਹੈਗੇ ਜਿੱਦਾਂ ਵਾਈਸ ਚਾਂਸਲਰ ਜਿਹੜੇ ਹੈਗੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਹਨਾਂ ਨੇ ਮੈਨੂੰ ਐਜ਼ ਅ ਰਾਈਟਰ ਤੇ ਐਜ਼ ਅ ਕੈਮੀਕਲ ਫ੍ਰੀ ਫਾਰਮਿੰਗ ਜੋ ਮੇਰੀ ਕੰਟਰੀਬਿਊਸ਼ਨ ਸੀ ਉਹਦੇ ਵਾਸਤੇ ਦਿੱਤਾ ਸੀਗਾ ਜੀ ਅਵਾਰਡ ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੀ ਕਰਤਾਰ ਸਿੰਘ ਸਰਾਬਾ ਚੇਅਰ ਤੇ ਇੱਕ ਯੂਐਸਏ ਦੀ ਐਨਜੀਓ ਹੈ ਜੀ ਹੀਲਿੰਗ ਐਸੋਸੀਏਸ਼ਨ ਕਰਕੇ ਕੁਝ ਇਸ ਤਰ੍ਹਾਂ ਉਹਨਾਂ ਦਾ ਨਾਮ ਹੈ ਉਹਨਾਂ ਵੱਲੋਂ ਮੈਨੂੰ ਅਵਾਰਡ ਆਫ ਦੇ ਦਿੱਤਾ ਗਿਆ ਤੇ ਬਾਕੀ ਵੂਮਨ ਡੇ ਤੇ ਬਹੁਤ ਵਾਰ ਆਨਰ ਹੋ ਚੁੱਕੀ ਹੈ ਜੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੈਗਾ ਮੈਨੂੰ ਆਨਰ ਦਿੱਤਾ ਹੈਗਾ ਜੀ ਇਸ ਕਦੋਂ ਜਾ ਰਹੇ ਤੁਸੀਂ ਅਸੀ ਜੀ ਉਹਨਾਂ ਨੇ ਸਾਨੂੰ 1 ਦਸੰਬਰ ਨੂੰ ਉੱਥੇ ਬੁਲਾਇਆ ਹੈ ਜੀ ਰਿਹਸਲ ਹੈ ਦੋ ਦਿਨ ਦੀ ਤੇ 3 ਤਰੀਕ ਨੂੰ ਅਵਾਰਡ ਸੈਰੇਮਨੀਆ ਮੈਂ ਜਿਹੜਾ ਐਜ਼ ਏ ਰਾਈਟਰ ਐਜ਼ ਏ ਪ੍ਰੋਫੈਸ਼ਨਲ ਅਕਾਊਂਟੈਂਟ ਐਜ਼ ਏ ਸੋਸ਼ਲ ਐਕਟਿਵਿਸਟ ਬਹੁਤ ਦੇਰ ਤੋਂ ਕੰਮ ਕਰ ਰਹੀ ਸੀਗੀ ਡਿਸੇਬਿਲਟੀ ਤੇ ਵੀ ਮੈਂ ਕੰਮ ਕੀਤਾ ਸੀ ਬਟ ਓਨਾ ਜ਼ਿਆਦਾ ਨਹੀਂ ਸੀ ਕੀਤਾ ਔਰ ਇਹਦੇ ਵਿੱਚ ਮੈਂ ਜਿਹੜਾ ਹੈਗਾ ਨਾਮ ਲੈਣਾ ਚਾਹੂੰਗੀ ਸ਼੍ਰੀ ਮਰਜੀਤ ਸਿੰਘ ਆਨੰਦ ਜੀ ਦਾ ਉਹਨਾਂ ਨੇ ਮੈਨੂੰ ਡਿਸੇਬਿਲਟੀ ਐਕਟਿਵਿਜ਼ਮ ਦੇ ਵਿੱਚ ਬਹੁਤ ਮੋਟੀਵੇਟ ਕੀਤਾ ਜੀ ਤੇ ਇਹ ਜਿਹੜਾ ਅਵਾਰਡ ਵੀ ਉਸੇ ਹੀ ਬਟ ਇਹ ਹੈ ਮੇਰਾ ਐਜ਼ ਅ ਸੈਲਫ ਇੰਪਲਾਈਡ ਪ੍ਰੋਫੈਸ਼ਨਲ ਅਚੀਵਮੈਂਟਸ ਵਾਸਤੇ ਬਟ ਇਹਦੇ ਵਿੱਚ ਮੈਂ ਉਹਨਾਂ ਦਾ ਵੀ ਯੋਗਦਾਨ ਮੰਨਦੀ ਹਾਂ ਜੀ ਕੁਦਰਤ ਤੁਹਾਡੇ ਕੋਲ ਇੱਕ ਚੀਜ਼ ਕਿਤੇ ਨਾ ਕਿਤੇ ਖੋਂਦੀ ਆ ਤੇ ਜੀ ਉਹ ਤੁਹਾਨੂੰ ਕੰਪਨਸੇਟ ਵੀ ਕਰਦੀ ਆ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਕੇ ਔਰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਔਰ ਆਪਣੇ ਅੰਦਰਲੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਆ ਔਰ ਅੱਗੇ ਵਧਣਾ ਚਾਹੀਦਾ ਔਰ ਡੈਫੀਨੇਟਲੀ ਤੁਹਾਨੂੰ ਕਾਮਯਾਬੀ ਮਿਲਦੀ ਹੈਗੀ ਆ ਤੇ ਮੇਰਾ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਜੀ ਕਿ ਕਦੇ ਵੀ ਹਿੰਮਤ ਨਾ ਹਾਰੋ ਔਰ ਲੱਗੇ ਰਹੋ ਸੱਚੀ ਲਗਨ ਦੇ ਨਾਲ ਲੱਗੇ ਰੋ ਡੈਫੀਨੇਟਲੀ ਤੁਹਾਨੂੰ ਤੁਹਾਡੇ ਕੰਮ ਦੇ ਰਿਜ਼ਲਟਸ ਮਿਲਣਗੇ। ਬੀਟੀ ਦੀ ਕਾਮਯਾਬੀ ਦੇ ਉੱਪਰ ਜਦੋਂ ਇੰਦਰਜੀਤ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ। ਫੀਲਿੰਗ ਬਹੁਤ ਵਧੀਆ ਆਜੀ ਕਿ ਲੜਕੀ ਮਤਲਬ ਐਡਾ ਵੱਡਾ ਵਾਰਡ ਆਇਆ ਜਾ ਰਹੀ ਹੈ ਤੇ ਰਾਸ਼ਟਰਪਤੀ ਵਾਰਡ ਵਾਸਤੇ ਮਤਲਬ ਇਹਦਾ ਨਾਮ ਨੋਮੀਨੇਟ ਹੋਇਆ। ਕਦੀ ਸੋਚਿਆ ਸੀ? ਅ ਕਦੇ ਸੋਚਿਆ ਤਾਂ ਨਹੀਂ ਸੀ। ਪਰ ਇਹਨੇ ਸਾਨੂੰ ਪਤਾ ਥਾ ਕਿ ਲੜਕੀ ਸਾਡੀ ਕਾਫੀ ਇੰਟੈਲੀਜੈਂਟ ਆ ਤੇ ਕੁਝ ਵੀ ਕਰ ਸਕਦੀ ਆ। ਸਾਰਾ ਪਰਿਵਾਰ ਬਹੁਤ ਖੁਸ਼ ਹੈ ਇਸ ਵਿੱਚ ਕੇ ਮਾਤਾ ਜੀ ਦਾ ਬੜਾ ਸਾਡੀ ਲਕਿਨ ਵਾਰ ਮਿਲਿਆ। ਮੇਰੀ ਬੇਟੀ ਨੂੰ ਰਾਸ਼ਟ੍ਰਪਤੀ ਅਵਾਰਡ ਮਿਲ ਰਿਹਾ ਆ ਹੁਸ਼ਿਆਰਪੁਰ ਤੋਂ। ਇਹ ਛੋਟੀ ਹੁੰਦੀ ਬਹੁਤ ਕੰਮ ਕਰਦੀ ਸੀਗੀ ਜਿੱਦਾਂ ਤਰਕਜੀ ਸੋਸਾਇਟੀ ਵਿੱਚ ਪਹਿਲਾਂ ਇਹਨੇ ਕੰਮ ਕੀਤਾ ਫਿਰ ਇਹਨਾਂ ਬੁੱਕਸ ਲਿਖੀਆਂ 5 6 ਦੀਆਂ ਬੁੱਕਸ ਆ ਗਈਆਂ। ਉਹ ਤੋਂ ਬਾਅਦ ਇਹਨਾਂ ਹੋਰ ਵੀ ਕਈ ਕੰਮ ਕੀਤੇ ਹੁਣ ਇਹਨਾਂ ਦਿਵਿਆਂਗਾ ਦਾ ਸਤਕਾਰ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਵਿੱਚ ਲੋਕਾਂ ਨੂੰ ਸਰਟੀਫਿਕੇਟ ਬਣਾ ਕੇ ਦਿੱਤੇ ਪੈਨਸ਼ਨਾਂ ਲਗਵਾਈਆਂ ਇਦਾਂ ਦੇ ਬਹੁਤ ਸਾਰੇ ਕੰਮ ਇਹਨਾਂ ਨੇ ਕੀਤੇ ਕਦੀ ਮਹਿਸੂਸ ਹੋਇਆ ਵੀ ਲੜਕੀ ਹੋਣ ਦੇ ਬਾਵਜੂਦ ਵੀ ਅੱਜ ਦੀ ਜਾਂ ਲੜਕਾ ਦੇ ਬਰਾਬਰ ਕੰਮ ਨਹੀਂ ਅਸੀਂ ਇਹਨੂੰ ਲੜਕੇ ਦੇ ਬਰਾਬਰ ਹੀ ਸਮਝਿਆ ਅਸੀਂ ਕਦੀ ਲੜਕੀ ਨਹੀਂ ਇਹਨੂੰ ਸਮਝਿਆ मैं दीदी को 2012 से जानता हूँ ऋषि मेरे फ्रेंड थे वो दीदी के भी बहुत यहाँ पे आते जाते और इनके बहुत करीबी फैमिली मेंबर की तरह थे तो हम भी बहुत करीब थे तब से तो मैं दीदी को जानता हूँ कैसा इनका निश्चय निश्चय बोलते काम के लिए कैसा देखा? काम के लिए दीदी जो है वो पूरी तरह से टारगेटेड रहते हैं अपने जो इन्होंने काम की ठान लिया इसका मतलब उस काम का होना तय इन्होंने एक बार सोच लिया कि ये काम करना है तो वो हम लोगों को तो ये लगता है कि ये हो गया तो ये इस दृढ़ इरादे के साथ इन इन और उसके लिए पूरी प्लानिंग करना योजना तैयार करना और उसके जितने भी विकल्प हैं उन पर खूब दबा के दीदी काम करते हैं ऐसे मतलब उसकी ऐसा फलता कि उसकी असफलता की या वो नहीं होगा या वो हो नहीं सकता कल्पनाओं से पार लगता नहीं वो ऐसा लगता है कि वो अभी हो चुका है दीदी इस मुकाम से भी ऊंचे मुकाम के लिए मुझे लगता है वो उसके ज़्यादा योग्यता इससे रखते हैं और ये मुकाम मिला ये भी एक मील का पत्थर है और हमें बहुत खुशी है दीदी मतलब ये जो सफलता मिली है ये हम सब लोगों के लिए परिवार के मेंबरों के लिए बहुत बड़ी खुशी की बात है जो हमारे शब्दों में शायद ना समाए लेकिन हम लोग उससे बहुत ज़्यादा खुश हैं